ਸਭ ਤੋਂ ਪਹਿਲਾਂ ਆਪਾਂ ਆਪਣੀ ਵੀਡੀਓ ਸ਼ੂਟ ਕਰਨੀ ਹੈ ਸਟੈਂਡ ਤੇ ਲਗਾ ਕੇ ਗੱਡੀ ਮੂਰੇ ਖੜ ਕੇ ਠੀਕ ਆ ਤਿਆਰ ਰੱਖਿਓ ਕੈਮਰਾ ਸਟਿਲ ਹੋਵੇ ਮੂਵ ਨਾ ਹੁੰਦਾ ਹੋਵੇ ਜਿਆਦਾ ਨਹੀਂ ਤਾਂ ਕੰਮ ਔਖਾ ਹੋ ਜਾਣਾ ਬਾਅਦ ਵਿੱਚ ਸਾਡਾ ਪਹਿਲੇ ਵੀਡੀਓ ਰਿਕਾਰਡ ਕਰ ਲਈ ਆਪਾਂ ਉਸ ਤੋਂ ਬਾਅਦ ਉਹਨੂੰ ਆਪਾਂ ਓਪਨ ਕਰਨਾ ਕੈਪਕਟ ਐਪ 'ਚ ਇਹ ਇੰਪੋਰਟ ਕਰਤੀ ਵੀਡੀਓ ਵਾਲੀ ਆ ਲਾਸਟ ਚ ਜਾ ਕੇ ਕੈਪ ਕਰਦੀ ਆਪਣੀ ਮਸ਼ੂਰੀ ਆਂਦੀ ਹੁੰਦੀ ਆ ਇਹਨੂੰ ਆਪਾਂ ਸਿਲੈਕਟ ਕਰਕੇ ਕਰ ਦੇਣਾ ਡਿਲੀਟ ਇਹ ਆ ਗਈ ਆਪਣੀ ਸਿੰਪਲ ਵੀਡੀਓ ਹੁਣ ਹੁਣ ਆ ਪਲੱਸ ਦੇ ਸਾਈਨ 'ਤੇ ਆਪਾਂ ਕਲਿੱਕ ਕਰਨਾ ਇਹ ਚਾ ਬਲੈਕ ਸਕਰੀਨ ਜੀ ਮੈਂ ਪਹਿਲੇ ਹੀ ਬਣਾ ਕੇ ਰੱਖਿਓ ਆ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਉੱਥੋਂ ਤੁਸੀਂ ਡਾਊਨਲੋਡ ਕਰ ਲਿਓ ਇਹਨੂੰ ਆਪਾਂ ਐਡ ਕਰ ਦੇਣਾ ਆ ਬਲੈਕ ਕਲਰ ਦਾ ਆ ਤਾਂ ਇੱਥੇ ਸ਼ੋ ਨਹੀਂ ਹੋ ਰਿਹਾ ਇਹਨੂੰ ਸਿਲੈਕਟ ਕਰਕੇ ਥੱਲੇ অপਸ਼ਨ ਹੋਣਾ ਓਵਰਲੇ ਦਾ ਓਵਰਲੇ ਓਵਰਲੇ ਆ ਰਿਹਾ ਓਵਰਲੇ ਤੇ ਕਿਤਾਬ ਕਲਿੱਕ ਮੇਰੇ ਨਾਲ ਆਣੀ ਉਹ ਵਾਲੀ ਲੇਅਰ نیچے نیچے ਆ ਗਈ ਉਹਨੂੰ ਦਬਾ ਕੇ ਚੱਕ ਕੇ ਰੱਖ ਦੇਣਾ ਆਪਾਂ ਅੱਗੇ ਆਹ ਹੁਣ ਸ਼ੋ ਹੋਣ ਲੱਗ ਗਈ ਠੀਕ ਹੈ ਨਾ ਹੁਣ ਇਹਨੂੰ ਕਲਿੱਕ ਕਰਕੇ ਆਪਾਂ ਪੂਰੀ ਵੀਡੀਓ ਤੱਕ ਫਲਾ ਦੇਣਾ ਇਹਨੂੰ ਸ਼ਟਾਰਟ ਤੋਂ ਲੈ ਕੇ ਐਂਡ ਤੱਕ ਇਹ ਇੱਥੇ ਤੱਕ ਠੀਕ ਆ ਹੁਣ ਇਹਨੂੰ ਆਪਾਂ ਕਰ ਦੇਣਾ ਛੋਟਾ ਸ਼ੀਸ਼ੇ ਦੇ ਸਾਈਜ਼ ਦਾ ਉਸ ਅਕੋਰਡਿੰਗ ਕਰ ਦੇਣਾ ਐਡਜਸਟ ਇਹ ਕਰਤਾ ਆਪਾਂ ਐਡਜਸਟ ਠੀਕ ਆ ਉਹ ਤੋਂ ਬਾਅਦ نیچے অপਸ਼ਨ ਹੋਣਾ ਅਪੈਸਟੀ ਦਾ ਉਹ ਆਪਾਂ ਸਿਲੈਕਟ ਕਰਨੀ ਹੂੰ ਆਹ ਇਹਦੀ ਪੈਸਟੀ ਆਪਾਂ ਘਟਾ ਕੇ ਕਰ ਦੇਣੀ 70 ਤੱਕ ਠੀਕ ਆ ਤਾਂ ਕਿ ਨੈਚੁਰਲ ਜਿਹੀ ਲੋਕ ਆਵੇ ਔਰ ਇਹ ਕੋ ਸ਼ੈਡੋ ਆ ਰਹੀਆਂ ਨਾ ਪੇੜ ਦੀ ਸ਼ੀਸ਼ੇ ਚ ਉਹ ਤੋਂ ਬਾਅਦ ਆ ਥੱਲੇ অপਸ਼ਨ ਹੋ ਗਿਆ ਐਡ ਓਵਰਲੇ ਹੈਗਾ ਨਾ অপਸ਼ਨ ਥੱਲੇ ਇਹਦੇ ਤੇ ਕਰਨਾ ਕਲਿੱਕ ਕਿਉਂਕਿ ਹੁਣ ਆਪਾਂ ਐਡ ਕਰਨੀਆਂ ਅੱਖਾਂ ਆਈਜ਼ ਇਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੁਸੀਂ ਉੱਥੋਂ ਡਾਊਨਲੋਡ ਕਰ ਲਿਓ ਠੀਕ ਆ ਇਹ ਕਰਤੀਆਂ ਐਡ ਇਹਨੂੰ ਵੀ ਚੱਕ ਕੇ ਆਪਾਂ ਦਬਾ ਕੇ ਰੱਖ ਦੇਣਾ ਅੱਗੇ ਇਹਨੂੰ ਵੀ ਆਪਾਂ ਸਿਲੈਕਟ ਕਰਕੇ ਕਰ ਦੇਣਾ ਛੋਟਾ ਕਰਤਾ ਛੋਟਾ ਤੇ ਚੱਕ ਕੇ ਰੱਖ ਦੇਣਾ ਆਪਾਂ ਸ਼ੀਸ਼ੇ ਦੇ ਉੱਤੇ ਇੱਥੇ ਮੜਿਆ ਸਾਖਤਾ ਬਲਾਉਣ ਨੂੰ ਆਪਾਂ ਨੂੰ ਇਹਦੀ ਪੈਸਟੀ ਘਟਾਉਣੀ ਪੈਣੀ ਹੈ نیچے অপਸ਼ਨ ਹੋਣਾ ਪੈਸਟੀ ਦਾ ਇਹ ਆਹ ਸਿਲੈਕਟ ਕਰਕੇ ਇਹ ਵੀ ਆਪਾਂ ਥੋੜੀ ਘੱਟ ਕਰਕੇ ਨਾ ਐਡਜਸਟ ਕਰ ਲਾਂਗੇ ਸ਼ੀਸ਼ੇ ਦੇ ਕੋਡਿੰਗ ਇਹਦੇ ਚ ਇਹਦੀ ਪੋਜੀਸ਼ਨ ਐਡਜਸਟ ਕਰਨੀ ਔਖੀ ਹੋ ਜਾਂਦੀ ਆ ਤਾਂ ਕਰਕੇ ਆਪਾਂ ਥੱਲੇ অপਸ਼ਨ ਹੋਣਾ ਇੱਕ ਹੂੰ 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 ਆਹ ਬੇਸਿਕ ਦਾ ਇਧਰੋਂ ਆਪਾਂ ਪੋਜੀਸ਼ਨ ਐਡਜਸਟ ਬੜੀ ਈਜ਼ੀਲੀ ਕਰ ਸਕਦੇ ਹਾਂ ਸੋ ਇੱਥੋਂ ਕਰ ਲਿਓ ਜੇ ਉੱਥੋਂ ਤੁਹਾਡੇ ਤੋਂ ਗੱਲ ਨਹੀਂ ਬਣੀ ਇੱਥੋਂ ਆਪਾਂ ਐਡਜਸਟ ਕਰਤੀ ਪੋਜੀਸ਼ਨ ਇੱਥੇ ਸੋਕਾ ਹੀ ਹੋ ਜਾਂਦਾ ਇੱਥੇ ਰੋਟੇਸ਼ਨ 'ਚ ਜਾ ਕੇ ਆਪਾਂ ਥੋੜਾ ਰੋਟੇਟ ਕਰ ਦਾਂਗੇ ਤੇ ਕਰ ਦੇਣਾ ਰਾਈਟ ਤੇ ਕਲਿੱਕ ਹੁਣ ਆਪਾਂ ਇਹਦੀ ਅਪੈਸਟੀ ਘੱਟ ਸੀਗੀ ਉਹਨੂੰ ਕਰਨਾ ਜ਼ਿਆਦਾ ਜਿਨੀਪ ਸਿੱਗੀ ਪਹਿਲੇ 19 ਕਰ ਦੇਣੀ ਮਤਲਬ 100% অপੈਸਟੀ ਤੇ ਜਾ ਕੇ ਇਹ ਕਰਤੀ ਆਪਾਂ 100% ਓਕੇ ਹੁਣ ਥੱਲੇ অপਸ਼ਨ ਹੋਣਾ ਮਾਸਕ ਦਾ ਵੀਡੀਓ ਸਿਲੈਕਟ ਹੋਵੇ ਧਿਆਨ ਰੱਖਿਓ ਆਈਜ਼ ਵਾਲੀ ਫੇ ਮਾਸਕ ਤੇ ਕਲਿੱਕ ਕਰਤਾ ਇੱਥੇ ਆਪਾਂ ਸਿਲੈਕਟ ਕਰਨਾ ਰੈਕਟੈਂਗਲ ਵਾਲਾ ਕਰਤਾ ਸਿਲੈਕਟ ਹੁਣ ਇਹਨੂੰ ਕਰ ਦੇਣਾ ਆਪਾਂ ਐਡਜਸਟ ਉਹ ਐਰੋ ਜੇ ਬਣਿਓ ਆ ਉਹਦੇ ਨਾਲ ਅਡਜਸਟ ਕਰ ਲਿਓ ਜਿੰਨਾ ਬਾਕਸ ਚਾਹੀਦਾ ਸ਼ੀਸ਼ੇ ਕੋਡਿੰਗ ایڈਜਸਟ ਕਰਨਾ ਆਪਾਂ ਜਿੰਨਾ ਕਿ ਸ਼ੀਸ਼ਾ ਆਇਆ ਉੱਥੇ ਤੱਕ ਇਹਨੂੰ ਰੱਖ ਦਾਂਗੇ ਹੂੰ ਚੱਕ ਕੇ ਮੜਿਆ ਉੱਪਰ ਰੱਖਤਾ ਤੇ ਉਹ ਸਾਈਡਾਂ 'ਚੋਂ ਜਿਹੜਾ ਨਿਸ਼ਾਨਾ ਉਹਦੇ ਨਾਲ ਥੋੜਾ ਜਿਹਾ ਰੇਡੀਅਸ ਦੇ ਦਾਂਗੇ ਆਪਾਂ ਆਹ ਚੱਕੋ ਠੀਕ ਆ ਹੁਣ ਹਲੇ ਐਦਾਂ ਦਾ ਲੱਗਦਾ ਥੋੜਾ ਉਪਰ ਆਪਰਾ ਲੱਗਦਾ ਹੈ ਹਨਾ ਹੁਣ ਇਹਨੂੰ ਠੀਕ ਕਰਨ ਲਈ ਆਪਾਂ ਫੇਅਰ ਕਰਨੀ ਆਈਜ਼ ਵਾਲੀ ਲੇਅਰ ਸਿਲੈਕਟ ਤੇ ਥੱਲੇ অপਸ਼ਨ ਹੋਣਾ ਬਲੈਂਡ ਦਾ ਉਹ ਸelect ਕੀਤਾ ਤੇ ਇੱਥੋਂ ਸelect ਕਰ ਦੇਣਾ ਆਪਾਂ ਫਿਲਟਰ ਡਾਰਕਰ ਨਹੀਂ ਫਿਲਟਰ ਹਾਂ ਹੋ ਗਿਆ ਮਿਕਸ ਜਿਹਾ ਕੰਮ ਸਹੀ ਲੱਗਣ ਲੱਗ ਗਿਆ ਨਾ ਹੁਣ ਪਲੇ ਕਰਕੇ ਦਿਖਾਨਾ ਤਾਂ ਆ ਦੇਖੋ ਹਨਾ ਸ਼ੈਡੋ ਵੀ ਆ ਰਹੀ ਆ ਪੇੜ ਦੀ ਵਿੱਚ ਆ ਬਾਦੂ ਦੇ ਹਿੱਸੇ ਨੂੰ ਆਪਾਂ ਕਰ ਦੇਣਾ ਡਿਲੀਟ ਕੱਢ ਦੇਣਾ ਇਹਨੂੰ ਸelect ਕਰਕੇ ਥੱਲੇ ਸਪਲੀਟ ਲਿਖਿਆ ਇਹਨਾਂ ਕੱਟ ਲੱਗ ਜਾਂਦਾ ਹੁੰਦਾ ਕਰਕੇ ਕਰ ਦੇਣਾ ਆਪਾਂ ਡਿਲੀਟ ਉਸਕੋਡਿੰਗ readjust ਕਰਤੀ ਵੀਡੀਓ ਹੁਣ ਹਾਲੇ ਆਈਸ ਥੋੜੀ ਥੋੜੀ ਡਲਜੀ ਲੱਗਦੀ ਜ਼ਿਆਦਾ ਲਸ਼ਕੋਰ ਨਹੀਂ ਮਾਰਦੀ ਲਸ਼ਕਾਰੇ ਵਜਵਾਉਣ ਲਈ ਆਪਾਂ ਫੇਰ ਇਹਦੀ ਕਰਨੀ ਇੱਕ ਕਾਪੀ ਆਈ ਸਿਲੈਕਟ ਕਰਕੇ ਵੀਡੀਓ ਆਈਸ ਵਾਲੀ ਤੇ ਥੱਲੇ অপਸ਼ਨ ਨੂੰ ਨਹੀਂ ਕਾਪੀ ਦੀ ਉਹਦੇ ਕਿਤਾ ਕਲਿੱਕ ਇਹਦੇ ਨਾਲ ਉਹਦੀ ਡੁਪਲੀਕੇਟ ਲੇਅਰ ਅੱਗੇ ਆਏਣੀ ਸੇਮ ਡਿੱਟੋ ਕਾਪੀ ਇਹਨੂੰ ਆਪਾਂ ਦਬਾ ਕੇ ਚੱਕ ਕੇ ਰੱਖ ਲੈਣਾ ਉਹਦੇ ਥੱਲੇ ਬਿਲਕੁਲ ਥੱਲੇ ਇਹ ਹਾਂ ਉਹਦੇ ਕੋਡਿੰਗ ਐਡਜਸਟ ਕਰਤਾ ਆਪਾਂ ਵਾਦੀ ਕੋ ਵੱਧ ਗਿਆ ਨਾ ਗਲੋ ਪਹਿਲੇ ਘੱਟ ਗਲੋ ਕਰਦੀਆਂ ਸੀ ਅੱਖਾਂ ਆ ਚੱਕੋ ਠੀਕ ਆ ਨਾ ਬਣ ਗਈ ਗੱਲ ਤੇਰੀ ਬਿੱਲੀ ਬਿੱਲੀ ਅੱਖ ਮੇਰੀ ਲਾਲ ਗੋਰੀ ਹੈ ਉਤਵਾਰ ਇਹਨੂੰ ਆਪਾਂ ਕਰ ਦੇਣਾ ਐਕਸਪੋਰਟ ਉਹ ਜਿੱਥੇ 10 80 ਲਿਖਿਆ ਉਹਦੇ ਤੇ ਕਲਿੱਕ ਕਰਕੇ ਆਪਾਂ 2K ਕਰ ਦਾਂਗੇ 2K 4K ਜੋ ਲਿਖਿਆ ਵਾ ਵਧਾ ਕੇ ਕਰ ਦੇਣੀ ਆਪਾਂ ਸੇਵ ਵਧੀਆ ਕੁਆਲਿਟੀ ਆ ਜੂ ਇਹ ਹੋ ਗਈ ਸੇਵ ਚਲੋ 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 ਹੁਣ ਇਹ ਸੇਮ ਵੀਡੀਓ ਆਪਾਂ ਦੁਬਾਰਾ ਕੈਪਕਾ ਟੈਪ 'ਚ ਓਪਨ ਕਰਨੀ ਐ ਫੈਕਟਸ ਵਗੈਰਾ ਲਗਾਉਣ ਲਈ ਇਹ ਆ ਗਈ ਵੀਡੀਓ ਅੱਥਲੇ ਪਹਿਲੇ ਇਫੈਕਟ ਦਾ ਆਪਸ਼ਨ ਹੈਗਾ ਇਹਨੂੰ ਸਿਲੈਕਟ ਕਰਨਾ ਫੇ ਹੈਗਾ ਵੀਡੀਓ ਇਫੈਕਟ ਇਹਨੂੰ ਸਿਲੈਕਟ ਕੀਤਾ ਇੱਥੇ ਆ ਦੂਜੇ ਨੰਬਰ 'ਚ ਪਿਆ ਵਾ ਡਾਇਮੰਡ ਵਾਲਾ ਜਿਹੜਾ ਲਿਖਿਓ ਵਾ ਇਹ ਕਰ ਦੇਣਾ ਆਪਾਂ ਸਿਲੈਕਟ ਡਾਇਮੰਡ ਜੂਮ ਇਹਨੂੰ ਆਪਣੇ ਕੋਰਡਿੰਗ ਐਡਜਸਟ ਕਰ ਲਾਂਗੇ ਕਿੰਨੀ ਦੇਰ ਤੱਕ ਬਲਰ ਰਹੇ ਚਮਕੀਲ ਜੀ ਹਾਲ ਫਲਿਸ਼ ਫਲਿਸ਼ ਕੋਰ ਜਿਹੜੀ ਪੈਂਦੀ ਆ ਉਹ ਕਿੰਨੀ ਕੁ ਰਹੇ ਸਪੀਡ ਕਿੰਨੀ ਕਰੇ ਐਡਜਸਟ ਕਰਕੇ ਆਪਾਂ ਰਾਈਟ ਤੇ ਕਰ ਦੇਣਾ ਕਲਿੱਕ ਠੀਕ ਆ ਇਹ ਬਣ ਗਈ ਗੱਲ ਉਹਦੇ ਬਾਅਦ ਥੋੜਾ ਜਿਹਾ ਆਪਾਂ ਅੱਗੇ ਜਾ ਕੇ ਇੱਥੇ ਇੱਕ ਲਾਵਾਂਗੇ ਪਹਿਲੇ ਕੀ ਉੱਪਰੋਂ ਕੀ ਲੱਗ ਜਾਂਦੀ ਹੁੰਦੀ ਆ ਲੱਗ ਗਈ ਕੀ ਹੁਣ ਆਵਾਂਗੇ ਸਟਾਰਟਿੰਗ 'ਚ ਇੱਥੇ ਆ ਕੇ ਕਰ ਦਾਂਗੇ ਜ਼ੂਮ ਵੀਡੀਓ ਨੂੰ ਹੁਣ ਦੇਖਿਓ ਜ਼ੂਮ ਆਊਟ ਹੋਊਗੀ ਹੌਲੀ-ਹੌਲੀ ਇਹ ਦੇਖਿਆ ਜਿੱਥੇ ਤੱਕ ਆਪਾਂ ਕੀ ਲਈਏ ਉੱਥੇ ਤੱਕ ਇੰਨੇ ਹੋ ਜਾਣਾ ਜ਼ੂਮ ਆਊਟ ਇੱਥੇ ਆਪਾਂ ਲਾਵਾਂਗੇ ਇੱਕ ਕੱਟ ਥੱਲੇ ਸਪਲਿਟ ਦਾ ਆਪਸ਼ਨ ਆ ਇਹਦੇ ਨਾਲ ਲੱਗਣਾ ਕੱਟ ਤੇ ਥੱਲੇ ਐਨੀਮੇਸ਼ਨ ਅਤੇ ਜਿਹੜਾ ਫੈਕਟ ਦਿਲ ਨੂੰ ਪਾਉਂਦਾ ਪਾਉ ਵਾਲਾ ਸਿਲੈਕਟ ਕਰ ਲੈਣਾ ਜਿੱਦਾਂ ਮੈਂ ਆਹ ਵਾਲਾ ਸਿਲੈਕਟ ਕਰਤਾ ਆ ਛਟ ਗਈ ਇਹ ਨਾਲ ਆਂਦੀ ਵੀਡੀਓ ਸਵਿੰਗ ਵਾਲਾ ਇਹ ਆ ਦੇਖੋ ਠੀਕ ਆ ਅੱਗੇ ਫੇਰ ਲਾਸਟ ਤੇ ਜਾ ਕੇ ਆਪਾਂ ਫੇਰ ਇਹਨੂੰ ਕਰਦਾਂਗੇ ਜ਼ੂਮ ਲਾਸਟ ਚ ਫੇ ਉਹਦੀ ਮਸ਼ੂਰੀ ਆ ਗਈ ਕੈਪ ਕੱਟ ਦੀ ਇਹਨੂੰ ਆਪਾਂ ਕਰ ਦਾਂਗੇ ਸਿਲੈਕਟ ਕਰਕੇ ਡਿਲੀਟ ਤੇ ਇੱਥੇ ਆਪਾਂ ਵੀਡੀਓ ਨੂੰ ਕਰ ਦਾਂਗੇ ਜ਼ੂਮ ਕਿਉਂਕਿ ਕੀ ਸੈਂਟਰ ਚ ਲੱਗੀ ਹੋਈ ਆਪਾਂ ਕੀ ਲਾ ਚੁੱਕੇ ਸੀ ਪਹਿਲਾਂ ਹੁਣ ਇੱਥੇ ਆਪਾਂ ਕਰ ਦੇਣਾ ਜ਼ੂਮ ਹੁਣ ਸੈਂਟਰ ਚ ਉਹ ਹੋਊਗੀ ਜ਼ੂਮ ਹੁੰਦੀ ਹੋਈ ਦੇਖਿਆ ਇਹਦਾ ਹੋਰ ਵੀ ਇਫੈਕਟ ਆਗੇ ਜੇ ਲਾਣੇ ਹੋਏ ਲਾ ਲਿਓ ਤੁਹਾਡੀ ਮਰਜ਼ੀ ਆ ਉਹ ਤੋਂ ਬਾਅਦ ਫੇਰ ਆਪਾਂ ਉੱਪਰ ਉਹ 1080 ਦੀ ਜਗ੍ਹਾ ਤੇ 2K 4K ਸਿਲੈਕਟ ਕਰਕੇ ਕਰ ਦੇਣੀ ਐਕਸਪੋਰਟ ਇਹ ਬਣ ਜਾਣੀ ਤੁਹਾਡੀ ਵੀਡੀਓ ਲੁੱਟੋ ਮੁੱਜਾ ਹੁਣ ਚਾਹਦੇ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਕੁਝ ਸਮਝ ਆਇਆ ਜੇ ਨਹੀਂ ਆਇਆ ਫਿਰ ਵੀ ਕਰ ਦਿਓ ਚਲੋ ਚੰਗਾਈ ਮਿਲਦੇ ਆਂ ਅਗਲੀ ਵੀਡੀਓ ਚ